हेलो स्टूडेंट्स वेलकम यू ऑल ऑन सीबीएसई ऑनलाइन प्लेटफॉर्म स्टूडेंट्स आज अपन बात करने जा रहे हैं अपनी 13 मार्च दे करंट अफेयर्स दी ठीक है इस इस विषय अपन इंपॉर्टेंट करंट अफेयर डिस्कस करेंगे जो कि स्पेशली फॉर स्टेट जॉब्स एसएससी रेलवे बैंकिंग सारे एग्जाम्स ली काफी इंपॉर्टेंट रह, इंपॉर्टेंट रहने वाले हैं ठीक है चलो स्टार्ट करते हैं अपन इदा अपने करंट अफेयर दी क्लास ਲਾਸਟ ਵੀ ਕਲਾਸਸ ਕੰਟੀਨਿਊ ਦੇਖਦੇ ਰਹੋ ਕਿਉਂਕਿ ਇਹ ਸਾਰੇ ਕਰੰਟ ਅਫੇਅਰ ਜੋ ਵੀ ਅਪਕਮਿੰਗ ਪੰਜਾਬ ਜੋਬਸ ਹੋਣਗੇ ਉਹਨਾਂ ਦੇ ਵਿੱਚ ਆਉਣਗੇ ਆਉਣਗੇ ਰਾਜ ਠੀਕ ਹੈ ਤਾਂ ਸਭ ਤੋਂ ਪਹਿਲਾ ਕਰੰਟ ਅਫੇਅਰ ਕੀ ਰਾਜ ਅੱਜ ਦਾ ਯੂਨਸਕ ਯੋਰ ਯੂਨਸਕ ਯੋਰ ਇੱਕ ਹੀ ਬਣੇ ਨੇ ਇਹ ਰੀਸੈਂਟਲੀ ਪ੍ਰੈਜ਼ੀਡੈਂਟ ਬਣੇ ਨੇ ਇਹ ਰੀਸੈਂਟਲੀ ਪ੍ਰੈਜ਼ੀਡੈਂਟ ਬਣੇ ਬਹੁਤ ਹੀ ਇੱਕ ਥੋੜੇ ਮਾਰਜਨ ਦੇ ਨਾਲ ਹੀ ਪ੍ਰੈਜ਼ੀਡੈਂਟ ਬਣੇ ਨੇ ਸਿਰਫ 1% ਦਾ ਵੋਟ ਡਿਫਰੈਂਸ ਸੀਗਾ 1% ਦਾ ਵੋਟ ਡਿਫਰੈਂਸ ਸੀਗਾ ਠੀਕ ਹੈ ਤਾਂ ਇਹ ਬੇਸਿਕਲੀ ਕਨਜ਼ਰਵੇਟਿਵ ਪਾਰਟੀ ਕਨਜ਼ਰਵੇਟਿਵ ਪਾਰਟੀ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਹਰਾਇਆ ਔਰ डेमोक्रेटिक पार्टी ਤੋਂ ਬਿਲੋਂਗ ਕਰਦੇ ਨੇ ਤਾਂ ਕਿਸ ਕੰਟਰੀ ਦੇ ਰਾਸ਼ਟਰਪਤੀ ਬਣਨੇ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿਸ ਕੰਟਰੀ ਦੇ ਪ੍ਰੈਜ਼ੀਡੈਂਟ ਬਣਨੇ ਕਿਸ ਕੰਟਰੀ ਦੇ ਪ੍ਰੈਜ਼ੀਡੈਂਟ ਬਣਨੇ ਇਹ ਪ੍ਰੈਜ਼ੀਡੈਂਟ ਬਣੇ ਰਹੇ ਹੈ ਸਾਊਥ ਕੋਰੀਆ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਬਣੇ ਨੇ ਕੌਣ ਬਣਨੇ ਯੋਂਸਕ ਯੋਨਸਕ ਯੋਨ ਕਨ ਇਨ ਟੂਡੇ ਪ੍ਰੈਜ਼ੀਡੈਂਟ ਬਣਨੇ ਇਹ ਤੁਸੀਂ ਹਮੇਸ਼ਾ ਆਪਣੇ ਮਾਈਂਡਸ ਜਾਗ ਰੱਖਣਾ ਹੈ ਕਿਉਂਕਿ ਇਹ ਕਨਜ਼ਰਵੇਟਿਵ ਪਾਰਟੀ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਹਰਾਇਆ ਹੈ ਉਹ डेमोक्रेटिक पार्टी डेमोक्रेटिक पार्टी ਤੋਂ ਬਲੰਗ ਕਰਦੈਨੀ 1% ਦੇ ਵੋਟ ਮਾਰਜਨ ਨਾਲ ਹਰਿਆ ਰਾਜੇ ਇਹ ਕੱਲ ਤੁਸੀਂ ਯਾਦ ਰੱਖ ਲੈਣੀ ਕਾਫੀ ਇੰਪੋਰਟੈਂਟ ਹੈ ਠੀਕ ਹੈ ਹਾਂਜੀ ਚੋ ਨੈਕਸਟ ਕੁਐਸਚਨ ਦੀ ਆਪਾਂ ਵੱਲ ਵਧਿਆ ਨੈਕਸਟ ਕੁਐਸਚਨ ਕਿਹੜਾ ਹੋ ਸਕਦਾ ਹਾਂਜੀ ਨੈਕਸਟ ਕੁਐਸਚਨ ਕੀ ਹੈ ਨਿਤੀ ਆਯੋਗ ਨਿਤੀ ਆਯੋਗ ਨੇ ਕੀ ਇੱਕ ਨਵੀਂ ਇਨੋਵੇਸ਼ਨ ਸਟਾਰਟ ਕੀਤਾ ਨਵਾਂ ਮਿਸ਼ਨ ਸਟਾਰਟ ਕੀਤਾ ਅਟਲ Atal, Atal Innovation Mission Atal Innovation Mission has announced partnership with company to promote the uh, augmented reality skill development among. ਇੰਡੀਅਨ ਯੂਥ ਜੋ ਕਿ ਇੰਡੀਅਨ ਯੂਥ ਦੇ ਵਿੱਚ ਇੱਕ ਹੁਨਰ ਦਾ ਵਿਕਾਸ ਕਰਨਾ ਉਹਨਾਂ ਦੀ ਸਕਿੱਲਸ ਨੂੰ ਪ੍ਰਮੋਟ ਕਰਨਾ ਹਨ ਯੰਗ ਯੋ ਯੂਥ ਇੰਡੀਆ ਦੀ ਯੂਥ ਹੈ ਉਹਨਾਂ ਵਾਸਤੇ ਇੰਤੀ ਯੋਗ ਨੇ ਅਟਲ ਇਨੋਵੇਸ਼ਨ ਮਿਸ਼ਨ ਸਟਾਰਟ ਕੀਤਾ ਹੈ ਤਾਂ ਕਿਸ ਕੰਪਨੀ ਦੇ ਨਾਲ ਕਿਸ ਕੰਪਨੀ ਨਾਲ ਇਹਨਾਂ ਨੇ ਇੱਕ ਸਮਝੌਤਾ ਕੀਤਾ ਕਿਸ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ ਕਿ ਇਹ ਸਕਿੱਲ ਆਪਣ ਯੋਜਨਾ ਸਟਾਰਟ ਕਰੀਏ ਤਾਂ ਕਿ ਬੱਚਿਆਂ ਨੂੰ ਸਕਿੱਲ ਹੁਨਰ ਵਿਕਾਸ ਅਵਿਨਾਚੇ ਤਾਂ ਸਮ ਕੰਪਨੀ ਦਾ ਨਾਮ ਕੀ ਹੈ ਸਨੈਪ ਸਨੈਪ ਕੰਪਨੀ ਦਾ ਨਾਮ ਹੈ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਸਨੈਪ ਇਜ਼ ਦਾ ਰਾਈਟ ਆਨਸਰ ਸਨੈਪ ਕੰਪਨੀ ਦਾ ਨਾਮ ਹੈ ਜਿਸ ਦੇ ਵਿੱਚ ਅਰਾਊਂਡ 12000 12000 12000 ਚਟੇ ਨੇ ਆਪਣੇ ਇਨਸਟ੍ਰਕਟਰਸ ਹੋਣਗੇ ਜਿਹੜੇ ਕਿ ਇਹ ਸਕਿਲਸ ਨੂੰ ਬੱਚਿਆਂ ਸਕਿੱਲਸ ਨੂੰ ਅਹ ਬढ़ावा ਦੇਣਗੇ ਜਾਂ ਬੱਚੇ ਸਕਿੱਲਸ ਨੂੰ ਅੱਛਾ ਕਰਨਗੇ ਠੀਕ ਹੈ ਚਲੋ ਨੈਕਸਟ ਕੁਐਸਚਨ ਦੇਪਰ ਗੱਲ ਕਰਦੇ ਨੈਕਸਟ ਕੁਐਸਚਨ ਕੀ ਨੈਕਸਟ ਕੁਐਸਚਨ ਅੱਜ ਦੇ ਕਰੰਟ ਅਫੇਅਰ ਥੋੜੇ ਦੇ ਸ਼ਾਰਟ ਰਹਿਣਗੇ ਕਿਉਂਕਿ ਕਰੰਟ ਅਫੇਅਰ ਥੋੜੇ ਦੇ ਜਿਆਦਾ ਲੈਂਥੀ ਕਰੰਟ ਅਫੇਅਰ ਨਹੀਂ ਹੋਣਗੇ ਕਿਉਂਕਿ ਜਿਆਦਾ ਸਟੇਟਮੈਂਟਲ ਕੁਐਸਚਨ ਨਹੀਂ ਅੱਜ ਦੇ ਸਿੰਗਲ ਲਾਈਨ ਕੁਐਸਚਨ ਨੇ ਐਂਡ ਬਿਲਕੁਲ ਸਿੱਧੇ ਕੁਐਸਚਨ ਨੇ ਜੋ ਕਿ ਸਿਰਫ ਤੁਸੀਂ ਯਾਦ ਕਰਨੇ ਨੇ ਹੋਰ ਕੁਝ ਨਹੀਂ ਕਰਨਾ ਨੈਕਸਟ ਕੁਐਸਚਨ ਕੀ ਨੇਮ ਦਾ ਫੇਮਸ ਗਲੋਫਰ ਜੋ 골프 ਖੇਡਦੇ ਨੇ ਉਹਨਾਂ ਵਾਸਤੇ ਹਨ 골프 ਖੇਡਦੇ ਨੇ ਤਾਂ ਮੇਨਲੀ ਵਰਡ 골프 ਹਾਲ ਆਫ ਦ ਫੇਮ ਉਹ ਵਾਸਤੇ ਉਹਨਾਂ ਨੂੰ ਰਸਮੀ ਤੌਰ ਤੇ ਰਸਮੀ ਤੌਰ ਤੇ ਸ਼ਾਮਲ ਕੀਤਾ ਗਿਆ ਕਿਸ ਮਸ਼ਹੂਰ 골ਫਰ ਦਾ ਨਾਮ ਹੈ ਤੇ ਕਿਸ ਮਸ਼ਹੂਰ 골ਫਰ ਦਾ ਨਾਮ ਹੈ ਜਿਨ੍ਹਾਂ ਨੂੰ ਐਡ ਕੀਤਾ ਗਿਆ राजे ਕਾਫੀ ਇੰਪੋਰਟੈਂਟ ਕੁਐਸਚਨ ਹੈ ਟਾਈਗਰ ਵੁੱਡਸ ਟਾਈਗਰ ਵੁੱਡਸ ਕੀਤਾ ਗਿਆ ਬਿਲਕੁਲ ਸਹੀ ਹੈ ਟਾਈਗਰ ਵੁੱਡਸ ਇਜ਼ ਅ ਰਾਈਟ ਆਨਸਰ ਟਾਈਗਰ ਵੁੱਡ ਟਾਈਗਰ ਵੁੱਡਸ ਇਜ਼ ਦਾ ਰਾਈਟ ਆਨਸਰ ਹੈ ਜੀ 46 ਇਅਰ ਸੇ ਟਾਈਗਰਵੁੱਡਸ ਨੂੰ ਐਡ ਕੀਤਾ ਗਿਆ 46th ਇਅਰ ਦੇ ਯੂਐਸਏ ਦੇ ਟਾਈਗਰਵੁੱਡਸ ਨੂੰ ਇਹ ਇਨਾਂ ਨੇ ਵਰਲਡ 골ਫ 골ਫ ਹਾਲ ਆਫ ਦ ਫੇਮ ਦੇ ਵਿੱਚ ਐਡ ਕੀਤਾ ਗਿਆ ਇਹ ਤੁਸੀਂ ਯਾਦ ਰੱਖ ਲੈਣਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਚਲ ਨੈਕਸਟ ਆਪਾਂ 4th ਕੁਐਸਚਨ ਦੇ ਆਪਣੇ ਅੱਗੇ ਵਧਨੇ ਤਾਂ 4th ਕੁਐਸਚਨ ਦੇ ਵਿੱਚ ਇੱਕ ਨਵੇਂ ਪ੍ਰੈਜ਼ੀਡੈਂਟ ਦੀ ਗੱਲ ਹੋਈ ਹੈ ਤਾਂ ਫਰਸਟ ਫੀਮੇਲ ਪ੍ਰੈਜ਼ੀਡੈਂਟ ਬਣੇ ਨੇ ਹੰਗਰੀ ਹੰਗਰੀ ਨਵੇਂ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਤਾਂ ਆਪਾਂ ਪ੍ਰੈਜ਼ੀਡੈਂਟ ਫੀਮੇਲ ਪ੍ਰੈਜ਼ੀਡੈਂਟ ਬਣੇ ਨੂੰਸ ਫੀਮੇਲ ਦਾ ਆਪਾਂ ਨਾਮ ਦੱਸਣਾ ਹੈ की नाम है जो कि प्रेसिडेंट बने ने काफ़ी है काफ़ी इंपॉर्टेंट क्वेश्चन है वाला हाँ जी की नाम है कैटलिन नोविक कैटलिक का नोविक नोविक इतों के प्रेजिडेंट बने ने फस्ट फीमेल प्रेजिडेंट बने ने हंग्री याद रखना काफ़ी इंपोर्टेंट काफ़ी इंपोर्टेंट क्वेश्चन है ठीक है फर्स्ट ईयू ईयू यू ई तुम पता ही हंगरी ज यूरोपीय यूनीयन यूरोपियन ई यू यूरोपियन यूनीय का मैंबर है तो हंगरी का फर्स्ट फीमेल प्रेसिडेंट बनना बहुत मान की गल है ठीक है राजे चलो नेक्स्ट क्वेश्चन आप गल कर दी नेक्स्ट क्वेश्चन के बाद नया काफ़ी इंपोर्टेंट क्वेश्चन है, है नेक्स्ट भी अपना इंपोर्टेंट क्वेश्चन है द नेशनल बैंक ऑफ फॉर फाइनेंसिंग इंफ्रास्ट्रक्चर एंड डेवलपमेंट विल बी रेगुलेटेड एंड सुपरवाइज बाय विच गवर्नमेंट एंटिटी ਕਿ ਹੋਂ ਬਿਲਕੁਲ ਸਹੀ ਹੈ ਜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਆਰਬੀ ਦੇ ਕੋਲ ਚਾਰ ਐਵੇਂ ਦੇ ਸੁਪਰਵਾਈਜ਼ ਸੁਪਰਵਾਈਜ਼ ਵਾਈਜ਼ਡ ਜਾਂ ਕੰਪਨੀਆਂ ਹੁੰਦੀਆਂ ਸੀ ਕਹਿ ਦੋ ਵੀ ਸੰਸਥਾ ਹੁੰਦੀਆਂ ਸੀ ਹੁਣ ਪੰਜਵੀਂ ਐਡ ਕੀਤੀ ਗਈ ਤਾਂ ਤਾਕੀ ਰਿਜ਼ਰਵ ਬੈਂਕ ਨੇ ਇਹਨਾਂ ਨੂੰ ਐਡ ਕੀਤਾ ਰਿਜ਼ਰਵ ਬੈਂਕ ਨੇ ਇਹਨਾਂ ਨੂੰ ਐਡ ਕੀਤਾ ਨੈਸ਼ਨਲ ਬੈਂਕ ਫਾਰ ਫਾਈਨਾਂਸ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਇਹ ਗੱਲ ਯਾਦ ਰੱਖ ਲੈਣੀ ਇਹ ਪੰਜਵੇਂ ਨਹੀਂ ਇਸ ਤੋਂ ਪਹਿਲਾਂ ਚਾਰ ਆਲਰੇਡੀ ਕੰਮ ਕਰ ਰਹੇ ਨੇ ਚਾਰ ਕਿਹੜੇ-ਕਿਹੜੇ ਕੰਮ ਕਰ ਰਹੇ ਨੇ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਚਾਰ ਕਿਹੜੇ-ਕਿਹੜੇ ਕੰਮ ਕਰ ਰਹੇ ਨੇ राजे ਤਾਂ ਚਾਰ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਨਿਬਾਰਡ ਨਿਊ ਜਿਵੇਂ ਨਿਬਾਰਡ ਆ ਗਿਆ ਸੀਬੀ ਆ ਗਿਆ ਨਿਬਾਰਡ ਆ ਗਿਆ ਸੀਬੀ ਆ ਗਿਆ ਐਨ ਐਨਐਚਬੀ ਆ ਗਿਆ ਠੀਕ ਹੈ ਇੱਕ ਐਗਜ਼ਮ ਐਗਜ਼ਮ ਬੈਂਕ ਆ ਗਿਆ ਇਹ ਇਹ ਚਾਰਜ ਜੋ ਆਲਰੇਡੀ ਕੰਮ ਕਰ ਰਹੇ ਨੇ ਆਰਬੀ ਆਰਬੀ ਦੇ ਨਾਲ ਜੋ ਕਿ ਇੱਕ ਸੰਸਾਰਿਕ ਇੱਕ ਸਰਕਾਰੀ ਸੰਸਥਾ ਦੇ ਤੌਰ ਤੇ ਕੰਮ ਕਰ ਰਹੇ ਨੇ ਜੋ ਕਿ ਸੁਪਰਵਾਈਜ਼ਿੰਗ ਐਂਡ ਰੈਗੂਲੇਟਿੰਗ ਕਰ ਰਹੇ ਨੇ ਇਹ ਫਾਈਨਾਂਸਿੰਗ ਇਨਫਰਾਸਟ੍ਰਕਚਰ ਦੇ ਵਿੱਚ ਆਰਬੀ ਦੇ ਨਾਲ ਤਾਂ ਇੱਕ ਕਾਫੀ ਇੰਪੋਰਟੈਂਟ ਕੁਐਸਚਨ ਹੈ 5 ਹੋ ਚੁੱਕੇ ਨੇ ਠੀਕ ਹੈ ਪੰਜ ਹੋ ਚੁੱਕੇ ਨੇ ਪੰਜ ਤੁਹਾਨੂੰ ਯਾਦ ਰੱਖਣੇ ਨੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਹੁਣ ਵੱਧਦੇ ਨੇ ਨੈਕਸਟ ਕੁਐਸਚਨ ਆਪਣਾ 6th ਕੁਐਸਚਨ ਕੀ ਹੈ which state government has announced the shushma shivraj award shushma shivraj bjp de ugge okay leader c jo na death ho giya ta for women's for presenting the state budget ha state budget pesh karan while while present ha jadon ohna ne state budget pesh kita state budget kis sarkar ne jo uh, state budget pesh kita ta ohna ne shushma shivraj award uh, start kite ta haryana government kita, raja, girl, jalkani, haryana, uh, manohorla, uh, manohorla ne kita rahi gal jakhni haryana manohar lal manohar lal khatri ne ਮਨੋਨਾਲ ਖੱਟੜੋਂ ਉੱਥੋਂ ਦੇ ਸੀਐਮ ਨੇ ਜਿਨ੍ਹਾਂ ਨੇ ਇਹ ਅਨਾਉਂਸ ਕੀਤਾ ਵੀ ਅਸੀਂ ਔਰਤਾਂ ਦੇ ਲਈ ਔਰਤਾਂ ਦੀ ਸੁਸ਼ਮਾ ਸਵਰਾਜ ਅਵਾਰਡ ਯੋਜਨਾ ਸਟਾਰਟ ਕਰਨਗੇ ਕਰਾਂਗੇ ਦਾ ਜਿਨ੍ਹਾਂ ਦੇ ਵਿੱਚ 5 ਲੱਖ ਦਾ ਅਵਾਰਡ ਦਿੱਤਾ ਗਿਆ 5 ਲੱਖ ਦਾ ਇਨਾਮ ਹੋਵੇਗਾ ਜਿਨ੍ਹਾਂ ਦੇ ਵਿੱਚ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਜਿਨ੍ਹਾਂ ਦੇ 5 ਲੱਖ ਦਾ ਇਨਾਮ ਹੋਵੇਗਾ ਤੇ ਅੰ ਬਿੱਧੀ ਜੋ ਵੀ ਇੱਕ ਅਚੀਵਮੈਂਟਸ ਕਰਨਗੇ ਜਾਂ ਡਿਫਰੈਂਟ ਕੰਟ੍ਰਿਬਿਊਟ ਕਰਨਗੇ ਕੰਟ੍ਰਿਬਿਊਟ ਕਰਨਗੇ ਇੰਟਰਨੈਸ਼ਨਲ ਜਾਂ ਨੈਸ਼ਨਲ ਜੋ ਵੀ ਫੈਸਟੀਵਲਸ ਹੁੰਦੇ ਨੇ ਜੋ ਵੀ ਇਵੈਂਟਸ ਹੁੰਦੇ ਨੇ ਉਹਨਾਂ ਵਿੱਚ ਕੰਟਰੀਬਿਊਟ ਕਰਦੇ ਉਹਨਾਂ ਨੂੰ 5 ਲੱਖ ਦਾ ਜੋ ਅਵਾਰਡ ਦਿੱਤਾ ਜਾਵੇ ਅਵਾਰਡ ਦਾ ਨਾਮ ਹੋਵੇਗਾ ਸੁਸ਼ਮਾ ਸ਼ਿਵਰਾਜ ਅਵਾਰਡ ਠੀਕ ਹੈ ਨਾ ਜੀ ਚਲੋ ਨੈਕਸਟ 7th ਕੁਐਸਚਨ ਤੇ ਆਪਾਂ ਗੱਲ ਕਰਦੇ ਹਾਂ 7th ਕੁਐਸਚਨ ਬਹੁਤ ਹੀ ਇਹ ਬਿਲਕੁਲ ਸਿੱਧਾ ਕੁਐਸਚਨ ਹੈ ਕੁਝ ਵੀ ਨਹੀਂ ਇਹ ਕਹਿੰਦੇ ਠੀਕ ਹੈ ਵਿਚ ਕੰਟਰੀ ਹੈਜ਼ ਗੋਟ ਦਾ ਫਰਸਟ ਪਲੇਟ ਪਲੇ ਫਰਸਟ ਪਲੇਸ ਪਹਿਲਾ ਪਲੇਸ ਇਨ ਦਾ ਮੈਡਲ ਸਟੈਂਡਿੰਗ ਆਈ ਐਸ ISF ISF SSF ਕੀ ਹੁੰਦਾ ਇੰਟਰਨੈਸ਼ਨਲ ਸ਼ੂਟਿੰਗ სპੋਰਟ ਫੈਡਰੇਸ਼ਨ ਇੰਟਰਨੈਸ਼ਨਲ ਇਹ ਕਿਹਾ ਥੱਲੇ ਲਿਖਿਆ ਇੰਟਰਨੈਸ਼ਨਲ ਸ਼ੂਟਿੰਗ سپورٹس ਫੈਡਰੇਸ਼ਨ ਜੋ ਕਿ ਵਰਲਡ ਕੱਪ ਹੋ ਰਿਹਾ 2022 2022 ਦਾ ਕਾਰਗੋ ਵਿੱਚ ਨਾ ਤਾਂ ਉਥੋਂ ਦੇ ਵਿੱਚ ਕਿਹੜੀ ਕੰਟਰੀ ਕਿਹੜੀ ਕੰਟਰੀ ਨੂੰ ਫਸਟ ਪਲੇਸ ਹਾਸਲ ਹੋਇਆ ਹੈ ਮੈਡਲ ਟੈਲੀ ਦੇ ਵਿੱਚ ਇੰਡੀਆ ਨੂੰ ਹੋਇਆ ਜੀ ਬਿਲਕੁਲ ਇੰਡੀਆ ਇੰਡੀਆ ਹੋਇਆ ਤਾਂ ਇੰਡੀਆ ਨੂੰ ਇੰਡੀਆ ਦਾ ਕਿੰਨਾ ਨਾਮ ਆਇਆ ਵੀ ਇੰਡੀਆ ਨੇ ਆਪਣਾ ਪਰਚਮ ਲਹਿਰਾਇਆ ਤੇ ਰਾਜੀ ਠੀਕ ਹੈ ਪਰਚਮ ਲਹਿਰਾਇਆ ਰਾਜੀ ਬਿਲਕੁਲ ਸਹੀ ਹੈ ਜੀ ਤਾਂ ਜਿਹਨ ਦੇ ਵਿੱਚ ਉਹਨਾਂ ਨੇ 4 골ਡ ਨੇ ਉਹਨਾਂ ਕੋਲ 4 골ਡ ਨੇ ਠੀਕ ਹੈ ਰਏ 2 ਸਿਲਵਰ ਨੇ 1 ਬ੍ਰੌਨ ਨੇ ਗੱਲ ਜਾ ਰੱਖਣੀ 2 4 골ਡ 2 ਸਿਲਵਰ 1 ਬ੍ਰੌਨ ਤਾਂ 4 ਸੋਨੇ ਦੇ 2 ਚਾਂਦੀ ਦੇ 1 ਤਾਂਬੇ ਦਾ ਸਤੰਗਮਾ ਜਿੱਤ ਕੇ ਇੰਡੀਆ ਟੌਪ ਤੇ ਚੱਲ टॉप टॉपते आ इंटरशनल स्पोर्टिंग स्पो, इंटरैशनल शूटिंग स्पोर्ट फैडरेशन हो खोक तेरा कारगोज हो रहा है गल याद रखनी कारगो हो रहा है कारगो कारगोज हो रहा नैक्सट एट क्वेश्चन एट्थ क्वेश्चन की रहा जी यम्पोर्टेंट क्वेश्चन ही द कैबिनेट हैज अपॉइंटेड हूम एज द ਉਹ ਹੋਲ ਟਾਈਮ ਹੋਲ ਟਾਈਮ ਮੈਂਬਰ ਆਫ ਦਾ ਸਕਿ ਸਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਹਾਂਜੀ ਐਸਸੀਬੀ ਸੀਬੀ ਆ ਗਿਆ ਹੈ ਨਾ ਸੀਬੀ ਸੀਬੀ ਦਾ ਜੋ ਇੱਕ ਮੈਂਬਰ ਮੈਂਬਰ ਬਣਾਇਆ ਪੂਰੇ ਪੂਰੇ ਸਮੇਂ ਸਮੇਂ ਲਈ ਇੱਕ ਮੈਂਬਰ ਨਿਯੁਕਤ ਕੀਤਾ ਗਿਆ ਕਿਸ ਨੂੰ ਨਿਯੁਕਤ ਕੀਤਾ ਗਿਆ ਇੱਕ ਪੂਰੇ ਟਾਈਮ ਦੀ ਇੱਕ ਮੈਂਬਰ ਇੱਕ ਇੱਕ ਮੈਂਬਰ ਨੂੰ ਇਹਨਾਂ ਨੇ ਅਪੋਇੰਟ ਕੀਤਾ राजे ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸੀਬੀ ਸੀਬੀ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਸੀਬੀ ਨੇ ਇੱਕ ਮੈਂਬਰ ਅਪੋਇੰਟ ਕੀਤਾ ਅਸ਼ਵਨੀ भाटिया बिल्कुल सही अश्विनी भाटिया इज़ द राइट right आंसर अश्विनी अश्विनी भाटिया अश्विनी भाटिया ने फुल टाइम के दे मैंबर अपॉइंट किया है सी ने ने एक गलिए याद रखनी काफ़ी इंपोर्टेंट क्वेश्चन है काफी इंपोर्टेंट क्वेश्चन राजा ठीक है काफ़ी ज़्यादा इंपोर्टेंट क्वेश्चन है ਤਾਂ ਇਸ ਤੋਂ ਪਹਿਲਾਂ ਇਹ SBI ਮਥੂਲ ਫਨਾਓ ਮਥੂ ਜਿਹੜੇ ਸੌਰੀ SBI ਦੇ ਮਿਊਚਰ ਫੰਡਸ ਹੁੰਦੇ ਨੇ HPI ਦੇ ਮਿਊਚਰ ਫੰਡਸ ਹੁੰਦੇ ਨੇ ਉੱਥੇ ਉੱਥੇ ਇਹ ਆਪਣੇ CEO ਸੀ ਉੱਥੇ ਇਹ ਆਪਣੇ MC ਉੱਥੇ ਮੇਨਲੀ MD ਦੇ ਤੌਰ ਤੇ ਕੰਮ ਕਰ ਰਿਹਾ ਸੀ SBI ਦੇ ਮਿਊਚਰ ਫੰਡ SBI ਦੇ ਮਿਊਚਰ ਫੰਡ ਦੇ ਵਿੱਚ ਇਹ ਮੇਨ MD ਦੇ ਤੌਰ ਤੇ CEO ਜਾਂ MD ਦੇ ਤੌਰ ਤੇ ਇਹ ਕੰਮ ਕਰ ਰਿਹਾ ਸੀ ਠੀਕ ਹੈ ਤਾਂ ਕੌਣ ਕਰ ਰਿਹਾ ਸੀ ਅਸ਼ੁਨੀ ਬਾਟਿਆ ਜੀ ਕੰਮ ਕਰਦਾ ਸੀ ਕਾਫੀ ਅੱਛਾ ਕੰਮ ਸੁਨਦਾ ਤਾਂ ਕਰਕੇ ਉਹਨਾਂ ਨੂੰ ਅਪੋਇੰਟ ਕੀਤਾ ਗਿਆ ਨੈਕਸਟ ਐਂਡ ਨੈਕਸਟ ਕੁਐਸਚਨ ਆਪਣਾ ਲਾਸਟ ਸੈਕਿੰਡ ਲਾਸਟ ਕੁਐਸਚਨ ਕੀ ਹੈ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਦਾ ਵਰਕ ਐਟ ਦਾ ਔਮਨ ਐਟ ਦਾ ਵਰਕ ਪ੍ਰੋਗਰਾਮ ਔਮਨ ਐਟ ਦਾ ਵਰਕ ਪ੍ਰੋਗਰਾਮ ਕਿਸ ਸਟੇਟ ਨੇ ਸਟਾਰਟ ਕੀਤਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਸ ਸਟੇਟ ਨੇ ਸਟਾਰਟ ਕੀਤਾ ਵਰਕ ਐਟ ધ ਵੂਮਨ ਐਟ ધ ਵਰਕ ਪ੍ਰੋਗਰਾਮ ਕਿਸ ਨੇ ਸਟਾਰਟ ਕੀਤਾ ਜਿਸ ਦੇ ਵਿੱਚ 5 ਲੱਖ ਨੌਕ 5 ਲੱਖ 2026 2026 ਤੱਕ ਕੋ 5 ਲੱਖ ਨੌਕਰੀਆਂ ਦੇਣਗੇ 5 ਲੱਖ ਨੌਕਰੀਆਂ ਦੇਣਗੇ ਵੂਮਨਸ ਨੂੰ 5 ਲੱਖ ਨੌਕਰੀਆਂ ਦੇਣਗੇ ਵੂਮਨਸ ਨੂੰ ਜੋਬਸ ਦੇਣਗੇ 5 ਲੱਖ ਠੀਕ ਹੈ ਜੀ ਤਾਂ ਕਿਸ ਕਿਸ ਸਟੇਟ ਗਵਰਨਮੈਂਟ ਨੇ ਕੀਤਾ ਕਰਨਾਟਕਾ ਨੇ ਕੀਤਾ ਰਾਜੇ ਕਰਨਾਟਕਾ ਤੁਸੀਂ ਯਾਦ ਰੱਖ ਲੈਣਾ ਕਰਨਾਟਕਾ ਨੇ ਆਪਣੇ ਮਿਸ਼ਨ ਦੇ ਅੰਡਰ ਇਹਨਾਂ ਨੇ करनाटका डिजिटल इकोनमी मिशन करनाटका डिजिटल इकोनमी मिशन के अंडर इन्होंने काम किया काफ़ी अच्छा काम है ठीक है तो जन् लाख जॉब्स ने फाइव लैक जॉब्स ने राजे इस प्रोग्राम के अंडर ठीक है तो काफ़ी अच्छा प्रोग्राम है तो कि आंसर कड़ा आएगा करनाटका आंसर आएगा नैक्सट क्वेश्चन एंड अज का लास्ट क्वेश्चन है जरा विच स्टेट हैज़ गॉड द फस्ट रैंक ऑफ द स्कॉच स्टेट ऑफ गवर्नेंस ਰੈਂਕਿੰਗ ਗਵਰਨਸ ਕਿਸ ਦੀ ਅੱਛੀ ਗਵਰਨਸ ਹੈ ਗਵਰਨਸ ਕਿਸ ਦੀ ਅੱਛੀ ਹੈ ਕਿ ਕਿਸ ਦਾ ਰਾਜ ਅੱਛਾ 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 ਚੱਲਦਾ ਹੈ ਅੰਤਰਾਪਰਦੇਸ਼ ਪਿਛਲੀ ਵਾਰੀ ਮੈਂ ਅੰਤਰਾਪਰਦੇਸ਼ ਦਾ ਸੀ ਆਈ ਥਿੰਕ ਈਸੋਰੀ ਮਾਨਦਰਪਦੇਸ਼ ਦਾ ਹੋ ਸਕਦਾ ਹੈ ਠੀਕ ਹੈ ਅੰਤਰਾਪਰਦੇਸ਼ ਦਾ ਅੰਤਰਾਪਰਦੇਸ਼ ਦਾ ਹੋ ਸਕਦਾ ਰਾਜ ਕਿਉਂਕਿ ਸਕੌਚ ਗਰੁੱਪ ਜਿਹੜਾ ਹੈਗਾ ਦਿੱਲੀ ਦੇ ਇੱਕ ਗਵਰਨਸ ਰਿਪੋਰਟਿੰਗ ਜੋ ਸਟੇਟਸ ਦੀ ਗਵਰਨਸ ਰਿਪੋਰਟਿੰਗ ਹੁੰਦੀ ਹੈ ਉਹ ਉਹ ਪੇਸ਼ ਕਰਦਾ ਠੀਕ ਹੈ ਤਾਂ 2020 ਤੋਂ ਲੈ ਕੇ 2020 ਤੋਂ ਲੈ ਕੇ ਅੱਜ ਤੱਕ 2020 ਤੋਂ ਲੈ ਕੇ ਅੱਜ ਤੱਕ ਇਹ ਆਂਧਰਾ ਪ੍ਰਦੇਸ਼ ਨੂੰ ਸਭ ਤੋਂ ਅੱਛਾ ਜਿਹੜਾ ਹੈਗਾ ਹੈ ਗਵਰਨੈਂਸ ਰੈਂਕਿੰਗ ਦੇ ਵਿੱਚ ਟੌਪ ਰੈਂਕ ਤੇ ਚੱਲ ਰਿਹਾ ਹੈ ਆਂਧਰਾ ਪ੍ਰਦੇਸ਼ ਦੀ ਗੱਲ ਯਾਦ ਰੱਖਣਾ ਹੈ ਗੱਲ ਯਾਦ ਰੱਖ ਲੈਣਾ ਕਾਫੀ ਅੱਛਾ ਕੁਐਸਚਨ ਹੈ ਠੀਕ ਹੈ ਤਾਂ ਆਂਧਰਾ ਪ੍ਰਦੇਸ਼ ਟੌਪ ਰੈਂਕ ਤੇ ਜਾ ਰਿਹਾ ਹੈ ਠੀਕ ਹੈ ਇਸ ਤੋਂ ਪਹਿਲਾਂ ਇਸ ਇਸ ਤੋਂ ਪਹਿਲਾਂ 2018 ਦੇ ਵਿੱਚ 2018 ਦੇ ਵਿੱਚ ਸੈਕਿੰਡ ਨੰਬਰ ਤੇ ਸੀ 200 2000 18 ਦੇ ਵਿੱਚ ਹਾਂ ਸੈਕਿੰਡ ਨੰਬਰ ਤੇ ਸੀ 2019 ਦੇ ਵਿੱਚ ਫੋਰਥ ਨੰਬਰ ਤੇ ਆਇਆ 2020 ਤੋਂ ਲੈ ਕੇ ਹੁਣ ਫਸਟ ਤੇ ਚੱਲਦਾ ਹੋਇਆ ਹੈ ਠੀਕ ਹੈ ਤਾਂ ਸਾਰੇ ਕੁਐਸਚਨ ਤੁਸੀਂ ਯਾਦ ਰੱਖ ਲੈਣੇ ਕਾਫੀ ਅੱਛਾ ਕੁਐਸਚਨ ਹੈ ਤਾਂ ਇਹ ਆਪਣੇ ਅੱਜ ਦੇ 10 ਕੁਐਸਚਨ ਹੈ ਰਾਜੀ ਠੀਕ ਹੈ ਇਸ ਇਲਾਵਾ ਤੁਸੀਂ ਆਪਣਾ ਕਲਾਸ ਪ੍ਰਪੇਅਰ ਰੱਖਿਆ ਕਰੋ ਆਪਣੀ ਆਪਣੀ ਨੋਟਸ ਬਣਾਇਆ ਕਰੋ ਤਾਂ ਕਿ ਤੁਸ ਨੂੰ इजीली ਇਸ ਨੂੰ ਸੋਲਵ ਕਰ ਸਕੋ ਠੀਕ ਹੈ ਰਾਜੀ ਓਕੇ ਥੈਂਕ ਯੂ ਰਾਜੀ ਬੈਸਟ ਆਫ ਲੱਕ